सारे नुमाइंदे पहुंचे आ ते इत्थे साडे नाल प्रधानमंत्री बाजे के वीर भी पहुंचे आ जिहड़े अमृतपान करन पहुंचे इस टाइम ते। विजय वाहेगुरु जी का खालसा वाहेगुरु जी की फतेह। ਕਿਵੇਂ ਠੀਕ ਹੋ ਤੁਸੀਂ? ਹਾਂਜੀ ਬਾਬਾ ਜੀ ਵਧੀਆ। ਅਮਰਤਪਾਨ ਕਰਨ ਲੱਗੇ ਤੁਸੀਂ? ਹਾਂਜੀ ਹਾਂਜੀ। ਕਿਸ ਤਰ੍ਹਾਂ ਲੱਗਾ ਤੁਹਾਨੂੰ, ਕਿਉਂਕਿ ਅਜੇ ਤੱਕ ਤੁਹਾਨੂੰ ਕਟਿੰਗ ਚ ਦੇਖਿਆ ਸੀ, ਜਿੱਥੇ ਵੀ ਤੁਸੀਂ ਗੱਲਬਾਤ ਕੀਤੀ ਵੱਖਰੀਆਂ ਸਟੇਜਾਂ ਦੇ ਉੱਤੇ ਵੀ ਗਏ, ਤੇ ਅਮਰਤਪਾਨ ਦਾ ਧਿਆਨ ਕਿਹੜੇ ਪਾਸਿਓਂ ਆ ਗਿਆ? ਇਹ ਬਾਈ ਜੀ ਆਈ ਨਾ ਅੰਮ੍ਰਿਤਪਾਲ ਦਾ ਹੀ ਪ੍ਰਚਾਰ ਸੁਣਨੇ ਸਾਂ। ਚਲੋ ਸਾਨੂੰ ਵੀ ਲੋਕ ਸੁਣਦੇ ਸੀ, ਪਰ ਬਹੁਤ ਵਧੀਆ ਸਾਨੂੰ ਇਹਦਾ ਪ੍ਰਚਾਰ ਬਾਬਾ ਜੀ ਦਾ ਲੱਗਾ। ਤੇ ਅਸੀਂ ਆਈ ਕਿਹਾ ਕਿ ਸਾਨੂੰ ਅੱਜ ਲੋੜ ਹੈ, ਪਹਿਲਾਂ ਦੀਪ ਸਿੱਧੂ ਸ਼ਹੀਦ ਹੋ ਗਿਆ ਤੇ ਅਸੀਂ ਕਹਿੰਦੇ ਸਾਂ ਕਿ ਮੰਨ ਲਓ ਕਿ ਮਹਾਰਾਜ ਗੁਰਦਾਸ ਕਰਨੇ ਤਾਂ ਕੋਈ ਸੰਤਾਂ ਦੀ ਥਾਂ ਤੇ ਆਵੇ। ਚਲੋ ਅਸੀਂ ਇਹ ਨਹੀਂ ਕਹਿੰਦੇ ਸੰਤਾਂ ਵਰਗੇ, ਮੰਨ ਲਓ ਕਿ ਸੰਤਾਂ ਦੇ ਪਾਏ ਪੂਰਨੇ ਆ ਤੇ ਤੁਰ ਸਕਦੇ ਆ, ਤੇ ਨੌਜਵਾਨਾਂ ਪੀੜ੍ਹੀ ਨੂੰ ਅੰਮ੍ਰਿਤਪਾਨ ਕਰਾਉਂਦੇ ਪਏ ਤੇ ਬਹੁਤ ਵਧੀਆ ਗੱਲ। ਜਿਹੜੀਆਂ ਸਰਕਾਰਾਂ ਦੀਆਂ ਇਹ ਤੱਤੇ ਬਿਆਨ ਉਹ ਕਰਦੀਆਂ ਨੇ, ਇਹ ਕਿਹੜਾ ਚਿੱਟਾ ਕਹਿੰਦਾ ਪੀਵੇ ਲੋਕ ਪੀਣ, ਗੁਰੂ ਦੇ ਲਾੜੀ ਲਾਉਂਦਾ, ਇਹ ਕਿਹੜਾ ਕਹਿੰਦਾ ਲੋਕਾਂ ਨਾਲ ਲੜੋ। ਕਿੰਨੀਆਂ ਇੱਥੇ ਕਿੰਨੀ ਅੱਗੇ ਵੀ ਕਿੰਨੇ ਸੀ ਆਪਣੇ ਜਿਹੜੇ ਮੰਨ ਲਓ ਪ੍ਰਚਾਰਕ, ਉਹਨਾਂ ਕਿੰਨੀਆਂ ਕੁਛ ਕਾਇਆ। ਕੋਈ ਕੁੱਤੇ ਖਡਾਈ ਜਾਂਦਾ ਹੈ, ਕੋਈ ਬਲੌਗ ਬਣਾਈ ਜਾਂਦਾ, ਦੱਸੇ ਕੀ। ਇਹ ਬਾਈ ਜੀ ਬਹੁਤ ਸੋਹਣਾ ਕੰਮ ਕਰਦਾ ਵਾ। ਮੈਂ ਕਿਹਾ ਜੀ 10,000 ਬੰਦਾ ਛਕੇਗਾ ਅੰਮ੍ਰਿਤ, ਮੇਰੇ ਹਿਸਾਬ ਨਾਲ 20,000 ਬੰਦਾ ਅੱਜ ਅੰਮ੍ਰਿਤ ਛਕੇਗਾ। ਲੋਕੀ ਟਰਾਲੀਆਂ ਟੈਕਟਰ ਭਰ ਕੇ ਬੱਸਾਂ ਤੇ ਚੜੇ ਆਉਂਦੇ, ਮੈਨੂੰ ਬੜਿਆ ਫੋਨ ਲਾਇਆ ਬਾਈ ਆਈ ਗੱਲ ਆ ਜਾਓ, ਕੋਈ ਗੱਲ ਨੀ ਤੂੰ ਗੁਰੂ ਦੇ ਲੜ ਲੱਗੋ ਆਣ ਕੇ। ਇਸ ਬਾਣੀ ਦੀ ਜਿਹੜੀ ਗੱਲ ਕਰਦੇ ਆ, ਬਾਣੀ ਚ ਤੁਸੀਂ ਵਾਪਸ ਆਏ ਹੋ ਕਿਉਂਕਿ ਪਤੇ ਤੁਸੀਂ ਪਹਿਲਾਂ, ਹੁਣ ਤੁਸੀਂ ਦਾੜੀ ਵੀ ਕੇਸ ਵੀ ਰੱਖੋਗੇ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਬਾਣਾ ਪਾਇਆ ਕਰੋਗੇ? ਬਾਣਾ ਪੱਕਾ ਬਾਣਾ, ਬਾਣੇ ਦਾ ਮਨ ਚ ਪਹਿਲਾਂ ਵੀ ਸ਼ੌਂਕ ਸੀ ਤੇ ਗੁਰੂ ਨੇ ਕਿਰਪਾ ਬੜੀ ਕੀਤੀ। ਜੂਰ ਸਾਹਿਬ ਗਏ ਉੱਥੇ ਮੰਨ ਲਓ ਪਾਉਂਦੇ ਹੁੰਦੇ ਜਿਹੜੇ ਸਿੰਘ ਸੀ ਤੇ ਅਸੀਂ ਵੀ ਕਹਿੰਦੇ ਸਾਡੇ ਮਨ ਚ ਸੀ ਕਿ ਅਸੀਂ ਵੀ ਉਹ ਕੁੜਤੀ ਉੱਥੇ ਆਉਂਦੇ ਕੁੜਤੀ ਪਾਵਾਂਗੇ ਤੇ ਮਹਾਰਾਜ ਅਗਰ ਅਰਦਾਸ ਕੀਤੀ, ਮਹਾਰਾਜ ਨੇ ਅਰਦਾਸ ਪੂਰੀ ਕੀਤੀ। ਅੱਜ ਸਿਰ ਭੇਂਟ ਦੀ ਗੱਲ ਕਰਦੇ ਹਾਂ, ਜਦੋਂ ਅੰਮ੍ਰਿਤਪਾਨ ਹੁੰਦਾ ਨਾ ਉਦੋਂ ਕਹਿ ਦਿੰਦਾ ਕਿ ਅੱਜ ਤੋਂ ਸੀਸ ਮੇਰਾ ਗੁਰੂ ਸਾਹਿਬ ਨੂੰ ਭੇਂਟ ਕਰਤਾ ਗਿਆ। ਇਹੋ ਗੱਲ ਪੰਜ ਪਿਆਰੇ ਵੀ ਸਿਖਾਉਂਦੇ ਆ ਸਾਨੂੰ ਅੰਦਰਲੇ ਪਾਸੇ, ਇਹੋ ਗੱਲ ਜਦੋਂ ਅੰਮ੍ਰਿਤਪਾਲ ਸਟੇਜ ਤੇ ਕਹਿੰਦਾ ਤੇ ਉੱਤੇ ਕਿੰਤੂ ਪਰੰਤੂ ਉਹ ਤਾਂ ਲੱਤਾਂ ਖਿੱਚਦੇ ਨੇ ਅੰਮ੍ਰਿਤਪਾਲ ਦੀਆਂ। ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਤਾ ਕਿ ਸਾਡੀ ਮੰਜੀ ਇਹਨੇ ਗੋਲ ਕਰ ਦੇਣੀ ਹੈ ਤੇ ਵਧੀਆ ਗੁਰੂ ਦੀ ਕਿਰਪਾ ਸੰਗਤਾਂ ਮਗਰ ਲੱਗੀਆਂ ਲੱਗ ਪਈਆਂ, ਜਿਹੜੇ ਰਹਿੰਦੇ ਉਹ ਵੀ ਲੱਗਣ। ਮੋਦੀ ਦੀ ਧੌਣ ਚੋਂ ਕਿੱਲਾ ਪੱਟਿਆ ਨਹੀਂ ਸੀ ਉਦੋਂ ਜਦੋਂ ਆਪਣਾ ਕਿਸਾਨੀ ਅੰਦੋਲਨ ਚ ਸ਼ਾਮ ਨੂੰ ਹੀ ਬੰਦੀ ਸਿੰਘ ਰਿਹਾ ਹੋ ਸਕਦੇ ਆ ਜੇ ਸਾਰੀ ਸੰਗਤ ਅੰਮ੍ਰਿਤਪਾਲ ਦਾ ਸਾਥ ਦੇ ਦੇ, ਸ਼ਾਮ ਨੂੰ ਹੀ ਹੋ ਸਕਦੇ ਆ। ਸਾਡਾ ਇਕਜੁੱਟ ਨਾ ਹੋਣਾ ਕਿਉਂਕਿ ਵੱਖੋ ਵੱਖਰੀਆਂ ਜਥੇਬੰਦੀਆਂ ਅਕਾਲੀ ਦਲ ਦੇ ਵਖਰੇਵੇਂ ਨੂੰ, ਤੇ ਇਹਨਾਂ ਚੀਜ਼ ਨੂੰ ਕਿਵੇਂ ਵੇਖਦੇ? ਗਲਤ ਕੰਮ ਹੈ ਅੰਮ੍ਰਿਤਪਾਲ ਦਾ ਸਾਥ ਦੇਣਾ ਚਾਹੀਦਾ ਜੇ ਨੌਜਵਾਨ ਚੰਗੇ ਕੰਮ ਕਰਦਾ ਤੇ ਸਪੋਰਟ ਕਰਨੀ ਚਾਹੀਦੀ ਨੌਜਵਾਨ ਦੀ, ਤੇ ਨੌਜਵਾਨਾਂ ਨੂੰ ਬੇਨਤੀ ਕਿ ਅੰਮ੍ਰਿਤਪਾਲ ਬਾਈ ਦਾ ਸਾਥ ਦਿਓ, ਇਹ ਨਾ ਫਿਰ ਹੱਥ ਮਲਦੇ ਗਾਂ ਰਹਿ ਜਾਈਏ, ਇਹਨੂੰ ਕੋਈ ਕੱਲ੍ਹ ਨੂੰ ਸ਼ਹੀਦ ਕਰਾ ਦੇ, ਬਹੁਤ ਮਾੜੀ ਗੱਲ, ਇਹਦਾ ਸਾਥ ਦੇਣਾ ਚਾਹੀਦਾ। ਤੁਸੀਂ ਵੀ ਅੱਜ ਗੁਰੂ ਨੂੰ ਸੀਸ ਭੇਟ ਕਰਨ ਜਾ? ਹਾਂ ਅਸੀਂ ਸੀਸ ਵੀ ਭੇਟ ਕਰਨਾ, ਅਸੀਂ ਬਾਈ ਦੇ ਨਾਲ ਵੀ ਹਾਂ।